ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। ਸਾਰੇ ਦੋਸਤਾਂ ਨੂੰ ਜੈ ਯਿਸੂ ਮਸੀਹ ਦੀ। ਫਿਰ ਦੋਸਤੋ, ਅੱਜ ਪਾਤਮਾ ਕਲੀਸੀਆ ਸੰਤ ਰੋਬਰਟ ਬਲਾਰਮਿਨ ਦੀ ਈਦ ਮਨਾ ਰਹੀ ਹੈ। ਸਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਹਨ ਜਿਨ੍ਹਾਂ ਦਾ ਸਰਪ੍ਰਸਤ ਇਹ ਸੰਤ ਰੋਬਰਟ ਹੈ। ਆਓ ਅਸੀਂ ਅੱਜ ਇਸ ਸੰਤ ਦੀ ਈਦ ਦੇ ਮੌਕੇ 'ਤੇ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਜੋ ਪਹਿਲਾ ਪਾਠ ਹੈ, ਕੋਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਪਹਿਲਾ ਖੱਤ ਉਸਦਾ 15ਵਾਂ ਅਧਿਆਏ 1 ਤੋਂ ਲੈ ਕੇ 11 ਐਤ ਤੱਕ, ਅੰਜੀਲ ਲੂਕਾ ਦੀ 7ਵਾਂ ਅਧਿਆਏ 35 ਤੋਂ ਲੈ ਕੇ 50 ਐਤ ਤੱਕ। ਪਿਆਰੇ ਦੋਸਤੋ, ਜੇਕਰ ਮੈਂ ਤੁਹਾਡੇ ਤੋਂ ਸਵਾਲ ਪੁੱਛਾਂ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਹਨ ਜੋ ਸੰਤ ਹਨ, ਇਹ ਸਾਰਿਆਂ ਦਾ ਜਵਾਬ ਇਹੋ ਹੀ ਹੋਵੇਗਾ, ਅਸੀਂ ਤਾਂ ਪਾਪੀ ਹਾਂ, ਅਸੀਂ ਗੁਨਾਹਗਾਰ ਹਾਂ। ਹਾਂ ਪਿਆਰੇ, ਅੱਜ ਤੁਹਾਨੂੰ ਸੰਤ ਲੂਕਾ ਦੀ ਅੰਜੀਲ ਉਹਦਾ 15ਵਾਂ ਅਧਿਆਇ, ਉਹਦੇ ਸ਼ਬਦਾਂ ਨੂੰ ਤੁਹਾਨੂੰ ਯਾਦ ਕਰਨਾ ਚਾਹੀਦਾ, ਜਿੱਥੇ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਧਰਮੀਆਂ ਨੂੰ ਨਹੀਂ ਪਾਪੀਆਂ ਨੂੰ ਸੱਦਣ ਦੇ ਲਈ ਆਇਆ। ਅਤੇ ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਦੇ ਚਰਨਾਂ ਦੇ ਵਿੱਚ ਇੱਕ ਪਾਪੀ ਔਰਤ ਆ ਕੇ ਆਪਣੇ ਹੰਝੂਆਂ ਨਾਲ ਉਹਦੇ ਪੈਰਾਂ ਨੂੰ ਪੂੰਝਦੀ ਹੈ, ਵਾਲਾਂ ਨਾਲ ਸਾਫ਼ ਕਰਦੀ। ਮੈਂ ਸੋਚ ਰਿਹਾ ਸੀਗਾ ਕਿ ਕਿਸ ਤਰ੍ਹਾਂ ਉਹ ਫਰੀਸੀ ਜਿਹੜੇ ਕਿ ਅਜਿਹੀਆਂ ਬਦਨਾਮ ਔਰਤਾਂ ਨੂੰ ਨਫ਼ਰਤ ਕਰਦੇ ਸਨ, ਉਹ ਕਿਸ ਤਰ੍ਹਾਂ ਉਹਦੇ ਘਰ ਵਿੱਚ ਆ ਗਏ। ਅਤੇ ਜਿਵੇਂ ਹੀ ਪ੍ਰਭੂ ਯਿਸੂ ਮਸੀਹ ਆਇਆ, ਉਹ ਉਹਦੇ ਪੈਰਾਂ ਦੇ ਵਿੱਚ ਡਿੱਗ ਕੇ ਮੰਜੇ ਥੱਲੇ, ਹੋ ਸਕਦਾ ਮੰਜੇ ਥੱਲੇ ਜਾਂ ਟੇਬਲ ਦੇ ਥੱਲੇ, ਉਹਦੇ ਪੈਰਾਂ ਨੂੰ ਪੂੰਝਦੀ ਰਹੀ, ਧੋਂਦੀ ਰਹੀ ਅਤੇ ਝੁੰਮਦੀ ਰਹੀ। ਅਤੇ ਪ੍ਰਭੂ ਯਿਸੂ ਮਸੀਹ ਆਖਰ ਦੇ ਵਿੱਚ ਉਸ ਔਰਤ ਨੂੰ ਕਹਿੰਦੇ ਹਨ, ਧੀਏ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਮੁੜ ਕੇ ਪਾਪ ਨਾ ਕਰ। ਹੁਣ ਦੇਖੋ, ਉਹ ਜੋ ਫਰੀਸੀ ਸੀਗਾ, ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਜੇਕਰ ਇਹ ਸੱਚਮੁੱਚ ਖੁਦਾ ਦਾ ਬੰਦਾ ਹੈ, ਤਾਂ ਇਹਨੂੰ ਪਤਾ ਹੋਣਾ ਸੀਗਾ ਕਿ ਇਹ ਔਰਤ ਪਾਪ ਕਰਨ ਵਾਲੀ ਔਰਤ ਹੈ, ਬਦਚਲਨ ਔਰਤ ਹੈ, ਅਤੇ ਇਸ ਨੂੰ ਆਪਣੇ ਲਾਗੇ ਨਾ ਲੱਗਣ ਦਿੰਦਾ। ਦੇਖੋ, ਜੋ ਮਨੁੱਖੀ ਸੋਚ ਹੈ ਉਹ ਵੱਖਰੀ ਹੈ, ਜੋ ਖੁਦਾਈ ਸੋਚ ਹੈ ਉਹ ਵੱਖਰੀ ਹੈ। ਸਾਡੇ ਵਿੱਚੋਂ ਵੀ ਜੇਕਰ ਅਸੀਂ ਕੋਈ ਬਦਨਾਮ ਵਿਅਕਤੀ ਹੈ, ਅਸੀਂ ਉਸਨੂੰ ਮਿਲਣਾ ਪਸੰਦ ਨਹੀਂ ਕਰਾਂਗੇ, ਉਸ ਦੇ ਨਾਲ ਮੇਲ ਵਰਤਨ ਰੱਖਣਾ ਨਹੀਂ ਪਸੰਦ ਕਰਾਂਗੇ। ਅਸੀਂ ਹਮੇਸ਼ਾ ਚੰਗੇ ਸਟੈਂਡਰਡ ਵਾਲੇ ਲੋਕਾਂ ਦੇ ਨਾਲ ਹੀ ਮੇਲ ਜੋਲ ਰੱਖਦੇ ਹਾਂ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਹਮੇਸ਼ਾ ਹੀ ਪਾਪੀਆਂ ਨੂੰ ਪਿਆਰ ਕੀਤਾ, ਪਾਪੀਆਂ ਨੂੰ ਉੱਪਰ ਉਠਾਉਣ ਦੇ ਲਈ ਉਸਨੇ ਆਪਣੀ ਪੂਰੀ ਉਮਰ ਲਗਾ ਛੱਡੀ। ਅਤੇ ਅੱਜ ਦੇ ਪਹਿਲੇ ਪਾਠ ਦੇ ਵਿੱਚ ਸੰਤ ਪੌਲਸ ਵੀ ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਕਹਿੰਦਾ ਹੈ ਕਿ ਮੈਂ ਹਾਂ ਜੋ ਹਾਂ। ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ, ਪ੍ਰਭੂ ਯਿਸੂ ਮਸੀਹ ਨੇ 500 ਤੋਂ ਵੱਧ ਲੋਕਾਂ ਨੂੰ ਦਰਸ਼ਨ ਦਿੱਤੇ, ਅਤੇ ਆਖਰ ਵਿੱਚ ਉਹ ਮੇਰੇ ਉੱਤੇ ਪ੍ਰਗਟ ਹੋਇਆ। ਕਿਉਂ ਮੇਰੇ ਉੱਤੇ ਆਖਰ ਵਿੱਚ ਪ੍ਰਗਟ ਹੋਇਆ? ਕਿਉਂਕਿ ਮੈਂ ਪਾਪੀ ਇਨਸਾਨ ਹਾਂ, ਕਿਉਂਕਿ ਮੈਂ ਈਸਾਈਆਂ ਦੇ ਉੱਤੇ, ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰਾਂ ਦੇ ਉੱਤੇ ਤਸ਼ੱਦਦ ਕੀਤੇ, ਇਸ ਕਰਕੇ ਪ੍ਰਭੂ ਨੇ ਮੈਨੂੰ ਸਭ ਤੋਂ ਆਖਰ ਵਿੱਚ ਚੁਣਿਆ। ਹਾਂ ਪਿਆਰਿਓ, ਸੰਤ ਪੌਲਸ ਹਮੇਸ਼ਾ ਆਪਣੇ ਆਪ ਨੂੰ ਪਾਪੀ ਮੰਨਦਾ ਰਿਹਾ। ਅਸੀਂ ਵੀ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਪਾਪੀ ਮੰਨਣਾ ਹੈ, ਗੁਨਾਹਗਾਰ ਮੰਨਣਾ ਹੈ। ਅਤੇ ਉਹ ਗੁਨਾਹਗਾਰਾਂ ਅਤੇ ਪਾਪੀਆਂ ਦੇ ਲਈ ਆਇਆ ਹੈ, ਉਹ ਸਾਨੂੰ ਪਿਆਰ ਕਰਦਾ ਹੈ, ਅਤੇ ਉਹੀ ਸਾਡਾ ਬਚਾਓ ਕਰੇਗਾ। ਸੰਤ ਰੋਬਰਟ ਬਲਾਰਮਿਨ, ਜਿਸ ਦੀ ਅੱਜ ਅਸੀਂ ਈਦ ਮਨਾ ਰਹੇ ਹਾਂ, ਇਹ ਵੀ ਬਹੁਤ ਵੱਡੇ ਵਿਦਵਾਨ ਸਨ। ਕਲੀਸੀਆ ਦੇ ਉਹ ਡਾਕਟਰ ਰਹੇ ਹਨ। ਅਸੀਂ ਅੱਜ ਉਹ ਸੰਤ ਦੀ ਵੀ ਸਿਫਾਰਿਸ਼ ਮੰਗੀ ਹੈ ਕਿ ਪ੍ਰਭੂ ਉਹ ਸੰਤ ਦੀ ਸਿਫਾਰਿਸ਼ ਦੇ ਦੁਆਰਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ, ਸਾਨੂੰ ਬਹੁਤ ਸਾਰੀਆਂ ਬਰਕਤਾਂ ਨਾਲ ਮਾਲਾਮਾਲ ਕਰੇ। ਹੱਥਾਂ ਨੂੰ ਜੋੜੋ, ਅੱਖਾਂ ਨੂੰ ਬੰਦ ਕਰੋ, ਪ੍ਰਾਰਥਨਾ ਕਰੀਏ। ਪਿਆਰੇ ਖੁਦਾਵੰਦ, ਅੱਜ ਦੇ ਵਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪ੍ਰਭੂ, ਅਸੀਂ ਸੱਚਮੁੱਚ ਗੁਨਾਹਗਾਰ ਹਾਂ, ਪਾਪੀ ਹਾਂ, ਸਾਨੂੰ ਮਾਫ਼ ਕਰੋ, ਸਾਨੂੰ ਆਪਣੇ ਬਣਾ ਲਓ, ਜਿਸ ਤਰ੍ਹਾਂ ਤੁਸੀਂ ਸੰਤ ਪੌਲਸ ਨੂੰ ਆਪਣਾ ਬਣਾ ਲਿਆ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ।